ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੌਰਾਨ ਉਹਨਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨੌਜਵਾਨ ਪੀੜ੍ਹੀ ਵੱਲੋਂ ਬਣਾਏ ਜਾਣ ਵਾਲੀਆਂ ਟਿਕਟੌਕ ਵੀਡੀਓਜ਼ ਦੇ ਸੰਬੰਧ ਵਿੱਚ ਬਿਆਨ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਜੇਕਰ ਇਹ ਘਟਨਾਵਾਂ ਇੰਜ ਹੀ ਵਾਪਰਦੀਆਂ ਰਹੀਆਂ ਤਾਂ ਸ਼੍ਰੀ ਦਰਬਾਰ ਸਾਹਿਬ ਪ੍ਰਬੰਧਕਾਂ ਵੱਲੋਂ ਖਾਸ ਕਰਕੇ ਨੌਜਵਾਨ ਪੀੜ੍ਹੀ ਦੇ ਮੋਬਾਈਲ ਫੋਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਲਿਜਾਣ ਉੱਤੇ ਪੂਰਨ ਤੌਰ ਉੱਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਅਸੀਂ ਚਾਹੁੰਦੇ ਹਾਂ ਕਿ ਸਿੱਖ ਸੰਗਤਾਂ ਜਿਹੜੀਆਂ ਬਿਨਾਂ ਕਿਸੇ ਪਰੇਸ਼ਾਨੀ ਤੋਂ ਖੁੱਲ੍ਹੇਆਮ ਗੈਰ ਸਿੱਖ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ, ਇਹਦੇ ਵਾਸਤੇ ਜਿਹੜਾ ਅਸੀਂ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਕੋਈ ਪਾਬੰਦੀ ਲਾਉਣ ਦੇ ਹੱਕ 'ਚ ਨਹੀਂ, ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਆ ਰਹੀਆਂ ਟਿਕਟੌਕ 'ਤੇ, ਤੇ ਮੈਨੂੰ ਲੱਗਦਾ ਕਿ ਭਵਿੱਖ ਦੇ ਵਿੱਚ ਮੋਬਾਈਲ ਅੰਦਰ ਜਾਣ 'ਤੇ ਪਾਬੰਦੀ ਲਾਉਣ ਬਾਰੇ ਸੋਚਣਾ ਪਏਗਾ। ਦੇਖੋ, ਸੇਵਾਦਾਰ ਜਿਹੜੇ ਇੱਡੀ ਲੰਬੀ ਪ੍ਰਕਰਮਾ ਹੈਗੀ ਆ, ਪਤਾ ਲੱਗਿਆ ਕਿ ਸੇਵਾਦਾਰਾਂ ਦੇ ਕਈ ਲੋਕ ਜਿਹੜੇ ਆ ਸਿੱਖ ਸੰਗਤ ਜਿਹੜੀ ਆਈ ਆ, ਜੋ ਫੋਟੋ ਖਿੱਚਦੇ ਅਤੇ ਉਹਨੂੰ ਉਹ ਰੋਕਦੇ ਆ ਅਤੇ ਉਹਦੇ ਗਲ ਪੈਣ ਤੱਕ ਵੀ ਜਾਂਦੇ, ਅਤੇ ਸਾਨੂੰ ਵੀ ਆਪ ਜਿਹੜਾ ਇਸ ਪੱਖੋਂ ਗੁਰੇਜ਼ਗਾਰੀ ਕਰਨੀ ਚਾਹੀਦੀ ਹੈ। ਸੇਵਾਦਾਰ ਲੱਗੇ ਹੋਏ ਨੇ, ਸੇਵਾਦਾਰ ਸਮਝਾਉਂਦੇ ਵੀ ਨੇ, ਅਤੇ ਕਈ ਸਿੱਖ ਜਿਹੜੇ ਆ ਉਹ ਜਾਂ ਗੈਰ ਸਿੱਖ ਜਿਹੜੇ ਉਹ ਖਹਿਬੜਦੇ ਵੀ ਨੇ ਸੇਵਾਦਾਰਾਂ ਨਾਲ, ਇਹ ਬੜੀ ਵੱਡੀ ਸਮੱਸਿਆ ਹੈ। ਅਤੇ ਜੇ ਇਸ ਤਰ੍ਹਾਂ ਕੰਮ ਨਾ ਰੋਕਿਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੋਬਾਈਲ, ਖਾਸ ਤੌਰ 'ਤੇ ਨੌਜਵਾਨਾਂ ਦੇ ਮੋਬਾਈਲ ਅੰਦਰ ਜਾਣ 'ਤੇ ਰੋਕ ਲਾਉਣ ਬਾਰੇ ਸੋਚਣਾ ਪਏਗਾ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ ਵਿੱਚ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ ਉੱਤੇ ਜਥੇਦਾਰ ਸਾਹਿਬ ਨੇ ਇਹ ਦੱਸਦਿਆਂ ਸਪਸ਼ਟ ਕੀਤਾ ਹੈ ਕਿ ਇਸ ਸੰਬੰਧ ਵਿੱਚ ਕਮੇਟੀ ਬਣਾਈ ਗਈ ਹੈ, ਜਲਦ ਹੀ ਰਿਪੋਰਟ ਆਉਣ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 5 ਮੈਂਬਰੀ ਕਮੇਟੀ ਜਿੰਨਾ ਚਿਰ ਅੰਤਿਮ ਰਿਪੋਰਟ ਨਹੀਂ ਆਪਣੀ ਦਿੰਦੀ, ਉਨਾ ਚਿਰ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਅੰਤਿਮ ਰਿਪੋਰਟ ਦੇਏਗੀ, ਉਸ ਤੋਂ ਬਾਅਦ ਅਸੀਂ ਵਿਚਾਰ ਨਹੀਂ। ਦੇਖੋ, ਇਹ ਗੱਲਾਂ ਨਹੀਂ ਠੀਕ ਹੈਗੀਆਂ। ਇਹ ਹੈ ਕਿ ਜ਼ਿੰਮੇਵਾਰ ਉਹ ਹੈਗੇ ਨੇ, ਅਤੇ ਰਲ ਮਿਲ ਕੇ ਬੈਠ ਕੇ ਆਪਸੀ ਸੰਵਾਦ ਦੇ ਜ਼ਰੀਏ ਜਿਹੜੇ ਕੋਈ ਮਸਲੇ ਹੈਗੇ ਸਾਡੇ ਜਾਂ ਕੋਈ ਸ਼ੰਕੇ ਹੈਗੇ ਆ, ਉਹਨਾਂ ਨੂੰ ਇੱਕ ਦੂਜੇ ਨਾਲ ਵਿਚਾਰ ਨਿਵਰਤ ਕਰਨੇ ਚਾਹੀਦੇ ਆ ਜੀ।